ਸਤਿ ਸ਼੍ਰੀ ਅਕਾਲ ਦਰਸ਼ਕੋ ਪ੍ਰੋਗਰਾਮ ਖਾਸ ਮੁਲਾਕਾਤ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਸਾਡੇ ਅੱਜ ਦੇ ਇਸ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਕੁਝ ਖਾਸ ਸ਼ਖਸੀਅਤਾਂ ਅੱਜ ਇਸ ਸਟੂਡੀਓ ਦੇ ਵਿੱਚ ਮੌਜੂਦ ਨੇ ਅਤੇ ਆਓ ਸਭ ਤੋਂ ਪਹਿਲਾਂ ਤੁਹਾਨੂੰ ਉਹਨਾਂ ਦੇ ਨਾਲ ਰੂਬਰੂ ਕਰਵਾ ਦਿੰਦੇ ਹਾਂ ਬ੍ਰਿਟਿਸ਼ ਸਿੱਖ ਕੌਂਸਲ ਤੋਂ ਅੱਜ ਸਾਡੇ ਨਾਲ ਇਸ ਸਟੂਡੀਓ ਵਿੱਚ ਮੌਜੂਦ ਨੇ ਸਰਦਾਰ ਤਰਸੇਮ ਸਿੰਘ ਜੀ ਦਿਓਲ ਹੋਰੀ ਜੋ ਜਨਰਲ ਸੈਕਟਰੀ ਨੇ ਬ੍ਰਿਟਿਸ਼ ਸਿੱਖ ਕੌਂਸਲ ਦੇ ਔਰ ਮੇਰੇ ਨਾਲ ਇੱਕ ਹੋਰ ਮਹਿਮਾਨ ਜੋ ਸਿਆਸੀ ਤੌਰ 'ਤੇ ਇੱਕ ਸੀਨੀਅਰ ਆਗੂ ਨੇ ਜੋ ਸੀਨੀਅਰ ਵਾਈਸ ਪ੍ਰਧਾਨ ਅਕਾਲੀ ਦਲ ਦੇ ਨੇ ਔਰ ਨਾਲ ਉਹਨਾਂ ਦੇ ਇੱਕ ਹੋਰ ਸਾਡੇ ਗੈਸਟ ਮੌਜੂਦ ਨੇ ਸਰਦਾਰ ਗੁਰਚਰਨ ਸਿੰਘ ਜੀ ਬ੍ਰਿਟਿਸ਼ ਸਿੱਖ ਕੌਂਸਲ ਦੇ ਕੋਆਰਡੀਨੇਟਰ ਨੇ ਪੰਜਾਬ ਤੋਂ ਔਰ ਜੋ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਉਹ ਉਹਨਾਂ ਸਿੱਖਾਂ ਦੇ ਨਾਲ ਜੁੜੀ ਹੋਈ ਉਹ ਸਿੱਖ ਨੇ ਜੋ ਸਿੱਖੀ ਦੇ ਨਾਲ ਉਹ ਪਿਛਲੇ ਲੰਬੇ ਸਮੇਂ ਤੋਂ ਟੁੱਟੇ ਹੋਏ ਨੇ ਸੋ ਉਹਨਾਂ ਲੋਕਾਂ ਨੂੰ ਮੁੜ ਸਿੱਖੀ ਦੇ ਨਾਲ ਜੋੜਨ ਦੇ ਵਾਸਤੇ ਜੋ ਉਹਨਾਂ ਦੀ ਕੋਸ਼ਿਸ਼ ਹੈ ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਉਸ ਕੋਸ਼ਿਸ਼ ਬਾਰੇ ਗੱਲਬਾਤ ਕਰ ਰਹੇ ਹਾਂ ਸੋ ਸਭ ਤੋਂ ਪਹਿਲਾਂ ਮੈਂ ਤਰਸੇਮ ਸਿੰਘ ਜੀ ਤੁਹਾਡੇ ਵੱਲ ਆਵਾਂਗਾ ਉਹ ਜਿਹੜੇ ਲੋਕ ਟੁੱਟੇ ਹੋਏ ਨੇ ਉਹਨਾਂ ਨੂੰ ਮੁੜ ਸਿੱਖੀ ਦੇ ਨਾਲ ਜੋੜਨ ਦੇ ਵਾਸਤੇ ਇਹ ਕਿਵੇਂ ਤੁਹਾਡੇ ਮਨ ਦੇ ਵਿੱਚ ਵਿਚਾਰ ਆਇਆ ਔਰ ਕਿਹੜੇ ਲੋਕ ਨੇ ਕਿਸ ਤਰ੍ਹਾਂ ਤੁਸੀਂ ਉਹਨਾਂ ਦੇ ਨਾਲ ਸੰਪਰਕ ਸਾਧਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਜੋ ਗੱਲ ਕਰ ਰਹੇ ਹਾਂ ਇਹ ਸ਼੍ਰੀਗੜ੍ਹ ਬੰਜਾਰੇ ਸਿੱਖ ਜੋ ਸਿੱਖ ਕੌਮ ਦਾ ਅਟੁੱਟ ਅੰਗ ਨੇ ਜੀ ਜੋ ਸ਼੍ਰੀਗੜ੍ਹ ਸਿੱਖ ਆ ਉਹ ਮੈਂ ਸਮਝਦਾ ਕਿ ਸਿੱਖੀ ਤੋਂ ਨਹੀਂ ਟੁੱਟੇ ਪਰ ਸਿੱਖ ਕੌਮ ਉਹਨਾਂ ਨੂੰ ਟੁੱਟੀ ਹੋਈ ਆ ਜੀ ਬਾਕੀ ਉਹਨਾਂ ਨੇ ਸਿੱਖ ਕੌਮ ਨੂੰ ਉਹਨਾਂ ਨੇ ਵਸਾ ਰੱਖਿਆ ਜੀ ਜੋ ਬੰਜਾਰੇ ਸਿੱਖ ਆ ਉਹ ਜਦੋਂ ਸਿੱਖੀ ਤੋਂ ਦੂਰ ਜਾ ਚੁੱਕੇ ਨੇ ਕੋਈ ਲੰਮਾ ਸਮਾਂ ਹੋ ਗਿਆ ਜੋ ਸਿੱਖ ਕੌਮ ਨੇ ਉਹਨਾਂ ਵੱਲ ਧਿਆਨ ਦਿੱਤਾ ਜੈਸੇ ਸ਼੍ਰੀਗੜ੍ਹ ਬੰਜਾਰੇ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਜੁੜੇ ਹੋਏ ਹਨ ਜੋ ਹਥਿਆਰ ਬਣਾਉਣ ਦੇ ਮਾਹਰ ਹਨ ਅੱਜ ਵੀ ਜੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਉਹਨਾਂ ਨੂੰ ਆਪਣੇ ਨਾਲ ਜੁੜਿਆ ਜਿਸ ਜੰਗਾਂ ਯੁੱਧਾਂ ਦੇ ਵਿੱਚ ਉਹਨਾਂ ਨੇ ਪੂਰਾ ਸਾਥ ਦਿੱਤਾ ਜੀ ਅਤੇ ਇਸੇ ਤਰ੍ਹਾਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਵੀ ਇਹਨਾਂ ਨੂੰ ਬੜੀ ਪਹਿਲਗੀ ਨਾਲ ਸਿੱਖ ਕੌਮ ਨਾਲ ਜੁੜੀ ਰੱਖਿਆ ਇੱਥੋਂ ਤੱਕ ਸਮਝਿਆ ਜਾਂਦਾ ਕਿ ਮਹਾਰਾਜਾ ਜੋ ਆਲਾ ਸਿੰਘ ਸੀ ਉਹਨਾਂ ਨੇ ਵੀ ਇਹਨਾਂ ਦਾ ਬੜਾ ਸਹਾਰ ਲਈ ਲੇਕਿਨ ਅੰਗਰੇਜ਼ਾਂ ਦੇ ਸਮੇਂ ਜਿਸ ਸਮੇਂ ਹਿੰਦੁਸਤਾਨ ਵਿੱਚ ਅੰਗਰੇਜ਼ਾਂ ਦਾ ਰਾਜਾ ਆ ਕਿਉਂਕਿ ਸ਼੍ਰੀਗੜ੍ਹ ਸਿੱਖ ਹਥਿਆਰ ਬਣਾਉਣ ਦੇ ਮਾਹਰ ਹਨ ਅਤੇ ਜੋਸ਼ੀਲੇ ਲੋਕ ਹਨ ਜੀ ਅਤੇ ਉਹਨਾਂ ਨੇ ਇਹਨਾਂ ਦੇ ਜੋਸ਼ੀਲੇ ਪੰਥ ਨੂੰ ਦੇਖ ਕੇ ਇਹਨਾਂ ਨੂੰ ਇੱਕ ਜਰਾਇਮ ਪਿਛਾ ਲੋਕ ਰਲ ਦਿੱਤਾ ਜੀ ਕਿ ਉਹਨਾਂ ਨੇ ਅਜਿਹੀ ਚਾਲ ਚੱਲੀ ਕਿ ਸਿੱਖ ਕੌਮ ਤੋਂ ਇਹ ਲੋਕ ਪਰੇ ਹੋ ਜਾਣ ਕਿਉਂਕਿ ਇਹ ਇੱਕ ਬੜੀ ਵੱਡੀ ਗਿਣਤੀ ਵਿੱਚ ਹਿੰਦੁਸਤਾਨ ਵਿੱਚ ਵਿਚਰ ਰਹੇ ਹਨ ਉਸ ਸਮੇਂ ਹਿੰਦੁਸਤਾਨ ਆਜ਼ਾਦ ਹੋਇਆ ਜਿਸ ਤਰ੍ਹਾਂ ਸਿੱਖ ਕੌਮ ਦੇ ਹੋਰ ਬੜੇ ਵੱਡੇ ਮਸਲੇ ਹਨ ਬੇਸ਼ੱਕ ਪੰਜਾਬ ਦਾ ਪਾਣੀ ਹੋਇਆ ਜਾਂ ਪੰਜਾਬ ਦਾ ਸੂਬਾ ਬਣਿਆ ਜਾਂ 84 ਦੀ ਗੱਲ ਹੋਈ ਉਹਨਾਂ ਵਿੱਚ ਵੀ ਅਸੀਂ ਇਹ ਗੱਲ ਸਮਝਦੇ ਹਾਂ ਕਿ ਸਿੱਖ ਕੌਮ ਦੀ ਜੋ ਗਿਣਤੀ ਇਸ ਲਈ 2 ਕਰੋੜ ਮਿੱਥੀ ਗਈ ਆ ਸਮਝ ਜਾਂਦੀ ਆ 10 ਕਰੋੜ ਬੰਜਾਰੇ ਅਤੇ ਸ਼੍ਰੀਗੜ੍ਹ ਸਿੱਖ ਸ਼੍ਰੋਮਣੀ ਕਮੇਟੀ ਨੇ ਆਪਣੇ ਸਰਵੇ ਅਨੁਸਾਰ 2003 ਦੇ ਵਿੱਚ ਆਪਣੇ ਜੋ ਉਹਦਾ ਮਾਸਿਕ ਪੱਤਰ ਨਿਕਲਦਾ ਉਹਦੇ ਵਿੱਚ ਗਿਣਤੀ ਸਮਝ ਲੈਂਦੀ ਸੀਗੀ ਜੋ ਸਾਰੇ ਚੰਗੇ ਵਿਦਵਾਨਾਂ ਨੇ ਇਹਨਾਂ ਦਾ ਪਿਛੋਕੜ ਇਹਨਾਂ ਦੀ ਗਿਣਤੀ ਕਿੱਥੇ ਕਿਤੇ ਵੱਸਦੇ ਹਨ ਤੁਹਾਨੂੰ ਇੰਟਰਨੈਟ ਤੋਂ ਵੀ ਸਮਝ ਲੱਗ ਸਕਦੀ ਹੈ ਜੋ ਕਿ ਸਾਡੀ 12 ਕਰੋੜ ਤੋਂ ਗਿਣਤੀ ਘਟਾ ਕੇ 2 ਕਰੋੜ ਹਿੰਦੁਸਤਾਨ ਵਿੱਚ ਰਹਿ ਗਈ ਜਿੱਥੇ ਇਹ ਸ਼੍ਰੀਗੜ੍ਹ ਸਿੱਖ ਇੱਕ ਝੁੱਗੀਆਂ ਝੌਂਪੜੀਆਂ ਦੇ ਵਿੱਚ ਜੀਵਨ ਬਸਰ ਕਰ ਰਹੇ ਹਨ ਇਹ ਗਰੀਬੀ ਅਜਿਹੀ ਹਾਲਤ ਹੈ ਨਾ ਉਹਦਾ ਬੱਚਾ ਕੋਈ ਐਜੂਕੇਸ਼ਨ ਪ੍ਰਾਪਤ ਕਰ ਸਕਦਾ ਸਾਡਾ ਜੋ ਤੁਸੀਂ ਪੁੱਛਿਆ ਵੀ ਇਹਨਾਂ ਵੱਲ ਧਿਆਨ ਸਾਡਾ ਕਿਵੇਂ ਗਿਆ ਸਾਡੀ ਬ੍ਰਿਟਿਸ਼ ਸਿੱਖ ਕੌਂਸਲ 2002 ਦੇ ਵਿੱਚ ਅਸੀਂ ਇੰਗਲੈਂਡ ਦੇ ਵਿੱਚ ਸਥਾਪਿਤ ਕੀਤੀ ਜਿਸ ਦਾ ਮਕਸਦ ਸਿਰਫ ਇੰਗਲੈਂਡ ਦੇ ਵਿੱਚ ਜੋ ਉੱਥੇ ਸਾਨੂੰ ਪ੍ਰੋਬਲਮ ਜਾ ਰਹੀ ਦਸਤਾਰ ਦੀ ਪ੍ਰੋਬਲਮ ਕਕਾਰਾਂ ਦੀ ਪ੍ਰੋਬਲਮ ਜਾਂ ਹੋਰ ਫੈਕਟਰੀਆਂ ਵਿੱਚ ਕੰਮ ਕਰਨ ਸਮੇਂ ਜਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕਈ ਵਾਰ ਕੜਾ ਨਹੀਂ ਪਹਿਣ ਦਿੰਦੇ ਜਾਂ ਸ਼੍ਰੀ ਸਾਹਿਬ ਦੀ ਪ੍ਰੋਬਲਮ ਆ ਉਹਨਾਂ ਵਾਸਤੇ ਬਣਾਈ ਗਈ ਸੀ ਪਰ ਜੋ ਉੱਧਰੋਂ ਸ਼੍ਰੋਮਣੀ ਕਮੇਟੀ ਨੇ ਇੱਕ ਮੈਗਜ਼ੀਨ ਕੱਢਿਆ ਸੀ ਉਸੇ ਸਮੇਂ ਅਤੇ ਸਾਡੇ ਸਾਹਮਣੇ ਇਹ ਮੁੱਦਾ ਆ ਗਿਆ ਅਸੀਂ ਉੱਧਰ ਸਾਰੇ ਮੁੱਦੇ ਛੱਡ ਕੇ ਸਾਰੇ ਮੁੱਦੇ ਛੱਡ ਇੱਥੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਧਿਆਨ ਦਿੱਤਾ ਉਸ ਸਮੇਂ ਤੋਂ ਲੈ ਕੇ ਅਸੀਂ ਇਸ ਟਾਈਮ ਤੱਕ ਮਹਾਰਾਸ਼ਟਰ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ 9 ਗੁਰਦੁਆਰੇ ਮੱਧ ਮਹਾਰਾਸ਼ਟਰ ਬਣਾਏ ਸ਼੍ਰੀਗੜ੍ਹ ਸਿੱਖਾਂ ਵਾਸਤੇ 2 ਗੁਰਦੁਆਰੇ ਮੱਧ ਪ੍ਰਦੇਸ਼ ਚ ਬਣਾਏ ਸਾਡੇ ਵਿਚਰਨ ਦੇ ਨਾਲ ਜਿਸ ਤਰ੍ਹਾਂ ਅਸੀਂ ਇੱਥੋਂ ਅਕਾਲ ਤਖ਼ਤ ਜਥੇਦਾਰ ਸਿੰਘ ਸਾਹਿਬ ਬਦੰਤ ਸਾਹਿਬ ਨੂੰ ਲੈ ਗਏ ਭਾਈ ਰਾਮ ਸਿੰਘ ਟਕਸਾਲ ਵਾਲਿਆਂ ਨੂੰ ਲੈ ਗਏ ਜਥੇਦਾਰ ਰਣਜੀਤ ਸਿੰਘ ਨੂੰ ਲੈ ਗਏ ਭਾਈ ਬਲਦੇਵ ਸਿੰਘ ਸਿਰਸਾ ਨੂੰ ਭਾਈ ਸਾਹਿਬ ਚੀਮਾ ਸਾਹਿਬ ਭਾਵ ਕਿ ਪੰਥਕ ਹਸਤੀਆਂ ਨੂੰ ਉਹਨਾਂ ਵਿੱਚ ਲੈ ਕੇ ਜਾਂਦੇ ਤਾਂ ਕਿ ਉਹਨਾਂ ਨੂੰ ਹੋਰ ਸਾਡੇ ਨਾਲ ਜੁੜਨ ਦਾ
सुभाग प्राप्त हो गए। इंग्लैंड तो भी असी बार बार इत्थे आउंदे उन्होंने सिक्खी प्रचार के नाल उन्होंने अपने जीवन के बहुत बड़ी तब्दीली आई जी। इस वे जो जिन्हों बस्तियों में असं गुरद्वारा साहब बनाने हैं वो एक पिंड तो या शहरों तो दूर वसते हैं क्योंकि वह शाम लटा में बैठे हैं। आप समझिए जो झुग्गियों में वसते उन्होंने अपने को धरती नहीं होंगी जिथे वाधू धरती भी उत्थे जाके बैठ जाते हैं। उन्होंने तीन तीन मील जाके स्कूल में तुर के जाना पैंदा बच्चों असी हम ट्रांसपोर्ट का प्रबंध करके दे रहे हाँ हरेक जगह से समरसिवर बोल वा के दे रहे हाँ। सानू यूरप तो काफ़ी सपोर्ट मिलती है इस मिशन में। असं चाहते हाँ कि उन्होंने जो साड़ी गिनती 2 करोड़ 12 करोड़ तो घट के 2 करोड़ रह गई असी इंडिया के अजिहा मुद्दा लैके आईए सरकारां नूं अपील कर रही है कि जो साड़ी गिनती सिख सिखों सिखों में तो घट्टो घट गिने जाए जी। इत्थे मैं एक गल जिक्र करना चाहवागा मैं नैट ते भी देख रहा सीगा कुछ बहुत सारे इस तरह के लोग है जिन्हां दी भाषा भी जिहड़ी है वह मूल पंजाबी नहीं है क्योंकि उन्होंने लोगों को टुटियां नूं काफ़ी देर हो गई है वो अपनी भाषा जिहड़ी गुरमुखी लिपि है वह भी उहदे बारे नहीं जाणदे हैगे। सो इन्नी वड्डी गिनती जिहड़ी तुसीं 12 करोड़ दस रहे हो कि उहदी गिनती जिहड़ी अज जिहड़ी मूल रूप दे विच 2 करोड़ है साडे कोल इन्नी वड्डी गिनती जिहड़ी है इह किवें मतलब कि नज़रअंदाज होई पई है? एक पोलीटिकल जिस तरह सरकारां करिया करदियां किसी धार्मिक नूं किसी सभ्याचार नूं ठेस पहुंचाउण वास्ते तरह तरह दी पॉलिसियां सामने लियां जांदियां जी। असीं समझ जिस तरह इत्थे सिखां दा कई वक्खरे वक्खरे ढंग नाल धक्के हो रहा है उन्हां विच सब तो वड्डा धक्का ई समझदे असीं जी जो ये लोक अनुसूचित पछड़ियां जनजातियां विच पा के सिखां नूं नखेड़ दित्ता जी। सिख कौम ना तां बेशक वो हिंदी बोलती हो बेशक उर्दू बोलती हो बेशक फारसी कोई बोलती हो सिख कोई भी हो सकता बेश सिंपल आ पंजाब ज्यादा साढ़े हरिमंदर साहब हैं ये करके सिख ही का केंद्र पंजाब मनिया गया जी। पर जिस तरह बंबे के होर भी कित हम पाकिस्तान सिंध में बड़े सिख आ जो सिंधी सिख किया जाता अफगान बड़े सिख आ इस तरह तिब्बत नानक लामा करके गुरु नानक देव जी याद करने वाले बड़े सिख आ। सो इस तरह ही जिस गुरु नानक देव जी श्रीलंका गए थे उत्थों का राजा खुद सिख बनिया सो यह सिखी का अपराध बहुत बड़ा गुरु नानक देव जी जिथे जिथे भी गए उस उपरंत गुरु तेग बहादुर साहब जी आसाम तक गए गुरु गोबिंद सिंह साहब नंदेड़ तक पहुंचे पटना साहब उन्होंने अवतार होया। सो जिथे गुरु साहब गए उत्थे सिखी का बूटा लगता रहा पर प्रॉब्लम यही रही कि साढ़े सिख कौम ने उन्हें संभालिया नहीं जिस करके वो हौली हौली पिछे होंगे गए। असी मध्य प्रदेश में लफतूरा पिंड सानू पता लगा कुछ एक गुरद्वारा साहब बन रहा जी। जो गुरद्वारा साहब बन रहा उत्थे असी अपने प्रचारक भेजे भेज उन्हों तो उन्होंने 50 पिंड मिल के बनजारे सिखा ने एक छत तक कंध की 30x30 का हाल बना रहा है। जदों असी उन्होंने गए उन्होंने एक भी सिख एक भी किस्तधारी नहीं सी जी। सारे कलीनशिप से बेशक दस्तारा बड़िया बनिया सी जी। जो उन्होंने पूछा भी तुम सिख किवें बने सिख किवें हो सिखी का आदर्श की आ सिखी का संकल्प की सिखी मर्यादा की आ उन्हें सिर्फ यही दसा कि सर सानू गुरु नानक देव जी का पता होर कुछ नहीं पता जी। सो हुण असी उस गुरुद्वारे की पूरी तैयारी कर रहे हैं अपना प्रचारक उत्थे भेज रहे हैं उत्थे पानी दी कैसी ट्यूब लवा रहे हैं ताकि जो भी सिखी मुख रख के जो सिखी मर्यादा अनुसार हम असं अपने कंट्रोल में गुरुद्वारा साहब बना रहे हैं। इस तरह हो सकता लखा ही इदा के साडे घटनावां सामने आउणगियां बिल्कुल इस संस्था वालों की जा रही कोशिशां ते होर भी असी जानकारी तुहाडे नाल सांझी करांगे। सरदार हरपाल सिंह जी सीनियर वाइस प्रधान अकाली दल दे ने। हरपाल सिंह जी मैं जानना चाहवांगा कि जिस तरह सरदार तरसेम सिंह जी होरां ने गल कीती है क्योंकि तुसीं एक अजिही संस्था दे नाल जुड़े हुए हो जिन्हां दी मूल रूप दे विच जिहड़ी जिम्मेवारी है यह बनती कि धर्म नाल जुड़े हुए जिहड़े मुद्दे ने सिख कौम दे प्रचार ते प्रसार दे लई जिहड़ी कोशिश है वह हमेशा अकाली दल वध चढ़ के करन दा दावा भी करदा है और करदा भी आ। सो इस मुद्दे ते जिहड़े ये सिख जिहड़े हैगे सिख कौम दे नाल टुटे हुए ने कि तुसीं भी समझदे हो कि जिहड़ी जिम्मेवारी अकाली दल दी बनदी है जां साडी श्रोमणी कमेटी दी बनदी है कि उन्हां ने भी इस चीज़ नूं नज़रअंदाज कितना कित कीता है? बिल्कुल जी सही गल है।
जिहड़ी श्रोमणी गुरुद्वारा प्रबंधक कमेटी है उहदा जिहड़ा मेन उहदा नाम ही है मतलब वो सिख धर्म के प्रचार के संबंध में बनाई गई है, जो सिख सिद्धांत है वो प्रचार के संबंध में बनाई है। और दियोल साहब ने दसिया है कि मतलब जेडे उत्थों दे रहने वाले शिकलीगर बंजारे वीर ने वो सिखी दे नाल टुटे हुए ने। इहदा मतलब यह है पक्की गल है कि श्रोमणी गुरुद्वारा प्रबंधक कमेटी है जी अपना फर्ज निभाउण दे विच कामयाब नहीं हुई, किते ना किते उन्होंने कताही की है। बाहर बैठे वीर जिन्हें भी विदेशों के गुरसिख ने जिहड़े अपनी किरत कमाइया दे विचों ब्रिटिश सिख कौंसल दिंदे ने और ब्रिटिश सिख कौंसल उन्हूं ठीक तरीके दे नाल जिहड़ी महाराष्ट्र दे विच खर्च रही है। जदों तक उत्थों बैठे हुए जिहड़े वीर ने उन्हां नूं पहली गल तां पंजाबी दी नॉलेज होनी चाहीदी है। अगर सिख है उन्हूं गुरमुखी भाषा जिहड़ी गुरु साहब दे मुख तों आई है उच्चारण हुई है, अगर वह नहीं उन्हूं उहदी नॉलेज नहीं हैगी तो वह गुरु साहब दे नाल किवें जुड़ सकदा है। गुरमुखी की एजुकेशन देने दे लई इन्हां दा जिहड़ा उपराला है वह बहुत वधिया, तां कि वह गुरमुखी नूं जाणदे हुए गुरु ग्रंथ साहब नूं दीआं सिक्ख्यावां नूं जाण सकण और अपनी अमली जिंदगी दे विच वसा सकण। कला ब्रिटिश सिख कौंसल का नहीं, जिन्हिया भी पंजाब दियां जथेबंदियां ने चाहे वह राजनीतिक होण चाहे वह धार्मिक होण चाहे वह सोशल होण, उन्हां सारिआं दा ही यह फर्ज बनता है कि जिहड़े वीर साडे नालों टुट के जिन्हां दी गिणती है जिहड़ी अज दे जनगणना दे हिसाब नाल 2% हो कहिंदे आ वी सिख रहि गए आ, ते जे आपां टोटल देखिए पिछले समय च जो इन्हां ने दसी आ श्रोमणी गुरुद्वारा बंधक 12% है, ते 10% जिहड़े टुटे हुए आ उन्हां नूं जोड़ना चाहीदा। अज राजनीति दे विच वी पॉलिटिक्स दा जमाना है, वोट दी पॉलिटिक्स हो रही है और सिख जिथे भी कितें अपने कोई भी जो मंगा ने जायज मंगा ने वो मंगन की कोशिश करते हैं तो मोस्टली हिंदुस्तान दियां सरकारां जिहड़ियां उन्हां नूं नकार दिंदियां ने, इस करके कि इन्हां दी ते बहुत छोटी गिणती है 13-14 इन्हां दे MP ने की ये कर सकदे ने मतलब, और इस करके नकारे जांदे आ। जे सारे हिंदुस्तान च बैठा होया सिख है जिहड़ा वह अपने सिख धर्म दे नाल जुड़ेगा अपने भरावां नाल जुड़नगे ते एक साडी जिहड़ी वोट दी पॉलिटिक्स दे विच वोटां दे विच साडी गिणती मजबूत होगी, असीं हिंदुस्तान तों अपनियां मंगां जिहड़ियां मनवाउण दे लई वह कामयाब होवांगे। सैकंड नंबर ते है कि वह इकनोमिकल तौर पर बहुत कमजोर ने, पिछली बार भी दियोल साहब उन्हां नाल गुरचरण सिंह भी बैठे ने जिहड़े पंजाब च इन्हां दे कोआर्डीनेटर ने, इन्हां दे नाल जाण दा उत्थे मौका मिलिया। साडे सारिआं दा फर्ज बणदा दुनिया दे विच जिथे भी सिख बैठा कि असीं अपना ये जिहड़ा साडे नाल टुट्टिया होया भाईचारा आ उहनूं असीं इकनोमिकली तगड़ा करके उहदे च ज्ञान दी घाट नूं पूरा करके असीं अपने च रला के जो साडा सिख धर्म च गुरु साहब ने जो साडा फर्ज लाया जो सानूं सिधांत बख्शिया ਉਹਦੀ ਅਸੀਂ ਸਿਧਾਂਤ ਦੀ ਪੂਰਤੀ ਕਰਕੇ ਇਹਨਾਂ ਸਾਰੇ ਵੀਰਾਂ ਦੀ ਜਿਹੜੀ ਜ਼ਿੰਦਗੀ ਆ ਉਹਨੂੰ ਚੋਚਾ ਰੱਖ ਸਕੀਏ। ਜੀ ਹਾਂ ਬਿਲਕੁਲ, ਪਿੱਛੇ ਜੇ ਇੱਕ ਸਰਦਾਰ ਗੁਰਚਰਨ ਸਿੰਘ ਜੀ ਜੋ ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਨੇ, ਉਹਨਾਂ ਦਾ ਇੱਕ ਬਿਆਨ ਆਇਆ ਸੀਗਾ, ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਸਿੱਖ ਕੌਮ ਨੇ ਇਹਨੂੰ ਹੋਰ ਵਧਾਉਣ ਦੇ ਵਾਸਤੇ ਸਾਨੂੰ ਜਿਹੜੀ ਆਪਣੀ ਪੈਦਾਇਸ਼ ਥੋੜ੍ਹੀ ਜਿਹੀ ਵਧਾਉਣੀ ਚਾਹੀਦੀ ਹੈ। ਹਾਂਜੀ ਠੀਕ ਹੈ, ਅਤੇ ਜੇਕਰ ਇਸ ਤਰ੍ਹਾਂ ਦਾ ਉਹ ਇੱਕ ਸੋਚ ਰੱਖਦੇ ਵੀ ਨੇ ਔਰ ਸਿੱਖ ਕਮਿਊਨਿਟੀ ਅਸੀਂ ਹੋਰ ਮਜ਼ਬੂਤ ਬਣਾਉਣ ਵਾਸਤੇ ਇਸ ਤਰ੍ਹਾਂ ਦੀ ਮਕਸਦ ਸਾਡਾ ਬਣਦਾ ਹੈ ਕਿ ਅਸੀਂ ਇਸ ਕਮਿਊਨਿਟੀ ਨੂੰ ਹੋਰ ਵਧਾਈਏ, ਬਟ ਜਿਹੜੀ ਆਲਰੇਡੀ ਸਾਡੇ ਕੋਲ ਆਲਰੇਡੀ ਪੂਰੇ ਦੇਸ਼ ਦੇ ਵਿੱਚ ਹੈਗੀ ਆ, ਅਸੀਂ ਉਸ ਨੂੰ ਸਾਂਭਣ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਹੇ? ਜਥੇਦਾਰ ਜੀ ਦੇ ਬਿਆਨ ਆਲਮੋਸਟ ਆਉਂਦੇ ਹੀ ਰਹਿੰਦੇ ਨੇ, ਸ਼ਿਗਲੀਗਰਾਂ ਦੇ ਸੰਬੰਧ ਵਿੱਚ ਵੀ ਉਹਨਾਂ ਦੇ ਉਹਨਾਂ ਨੇ ਕਈ ਵਾਰ ਬਿਆਨ ਦਿੱਤੇ ਨੇ, ਮੱਕੜ ਸਾਹਿਬ ਨੇ ਵੀ ਕਈ ਵਾਰ ਬਿਆਨ ਦਿੱਤੇ ਨੇ, ਹੋਰ ਵੀ ਜਿਹੜੀ ਸਾਡੀ ਲੀਡਰਸ਼ਿਪ ਹੈ ਅਕਾਲੀ ਦਲ ਦੀ ਉਹ ਦਿੰਦੀ ਰਹਿੰਦੀ ਹੈ ਜਿਹੜੀ ਆ, ਪਰ ਅਫਸੋਸ ਇਹ ਹੈ ਕਿ ਸਾਡਾ ਰਹਿੰਦਾ ਕੰਮ ਬਿਆਨਾਂ ਤੱਕ ਹੀ ਸੀਮਤ ਆ ਨਾ, ਉਹਨੂੰ ਅਮਲੀ ਜਾਮਾ ਜਿਹੜਾ ਉਹ ਨਹੀਂ ਪਹਿਨਾਇਆ ਜਾ ਰਿਹਾ, ਮਤਲਬ ਨਹੀਂ ਤੇ ਕਿੱਡੇ ਸੋਰਸਿਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ। ਸਭ ਤੋਂ ਵੱਡਾ ਤਾਂ ਦੇਖੋ ਹੁਣ ਗਿਆਨ ਦਾ ਸਭ ਤੋਂ ਵੱਡਾ ਸੋਰਸ ਹੈ ਕਿ ਅੱਜ ਦੁਨੀਆਂ ਦੇ ਵਿੱਚ TV ਹੈ ਜਿਹੜਾ ਉਹ ਸਭ ਤੋਂ ਵੱਡਾ ਇੱਕ ਮੀਡੀਆ ਦੇ ਵਿੱਚ ਸੋਰਸਿਸ ਬਣ ਗਿਆ ਆਪਣੀ ਗੱਲ ਕਹਿਣ ਦਾ, ਆਪਣੀਆਂ ਭਾਵਨਾਵਾਂ ਨੂੰ ਆਪਣੇ ਸਿਧਾਂਤ ਨੂੰ ਲੋਕਾਂ ਤੱਕ ਪਹੁੰਚਾਉਣ ਦਾ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਇੱਕ TV ਸਟੇਸ਼ਨ ਨਹੀਂ ਲਾ ਸਕਦੀ ਜਿੱਥੇ ਕਿ ਆਪਣੇ ਬੱਚਿਆਂ ਨੂੰ ਗਿਆਨ ਦਿੱਤਾ ਜਾਵੇ, ਬੱਚਿਆਂ ਦੇ ਉੱਥੇ ਕਾਰਟੂਨ ਫਿਲਮਾਂ ਵਾ, ਅੱਜ ਲੋਕ ਸਾਡੇ ਸਿੱਖ ਵਿਚਾਰੇ ਬੱਚੇ ਹਨੂੰਮਾਨ ਬਣਦੇ ਫਿਰਦੇ ਨੇ, ਅਗਰ ਉੱਥੇ ਛੋਟੇ ਸਾਹਿਬਜ਼ਾਦਿਆਂ ਦੀਆਂ ਵੱਡੇ ਸਾਹਿਬਜ਼ਾਦਿਆਂ ਦੀ ਜਿਹੜੀ ਜ਼ਿੰਦਗੀ ਦੇ ਨਾਲ ਭਰਪੂਰ ਜਿਹੜੀਆਂ ਕਥਾਵਾਂ ਸੁਣਾਈਆਂ ਜਾਣ ਔਰ ਉਹ ਪ੍ਰੋਗਰਾਮ ਚੱਲਣ, ਸਾਡੇ ਬੱਚੇ ਘਰਾਂ 'ਚ ਛੋਟੇ ਆ ਉਹ ਦੇਖਣ ਅਤੇ ਉਹ ਆਪੇ ਹੀ ਕਹਿਣ ਕਿ ਅਸੀਂ ਫਤਿਹ ਸਿੰਘ ਬਣਨਾ, ਅਸੀਂ ਜ਼ੋਰਾਵਰ ਸਿੰਘ ਬਣਨਾ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਮਤਲਬ ਇਸ ਗੱਲ ਤੋਂ ਅੱਖਾਂ ਫੇਰੀਆਂ ਹੋਈਆਂ ਨੇ ਉਹਨਾਂ ਨੇ, ਇਹ ਸਾਰੀ ਰਾਜਨੀਤਿਕ ਖੇਡ ਹੈ, ਇੱਕ ਲੰਬਾ ਚਰਚਾ ਦਾ ਵਿਸ਼ਾ ਹੈ ਕਿਸੇ ਹੋਰ। ਸਰਦਾਰ ਗੁਰਚਰਨ ਸਿੰਘ ਜੀ ਵੀ ਸਾਡੇ ਨਾਲ ਮੌਜੂਦ ਨੇ, ਉਹ ਬ੍ਰਿਟਿਸ਼ ਸਿੱਖ ਕੌਂਸਲ ਦੇ ਕੋਆਰਡੀਨੇਟਰ ਨੇ ਪੰਜਾਬ ਤੋਂ। ਗੁਰਚਰਨ ਸਿੰਘ ਜੀ ਤੁਹਾਡੇ ਕੋਲ ਆਵਾਂਗਾ,
एक एन आर आई ब्रिटिश सिख कौंसल है जी विदेश तो आके तुसी जदों कौंसल दे मैंबर साहिबान तुहाडे नाल जदों जुड़दे ने तुसी किवें राबता कायम रखदे हो किस तरीके दे नाल इस चीज़ नूं तुसी मेनटेन रखदे हो इस कोशिश नूं। मेरा जी ब्रिटिश सिख कौंसल नाल 2002 तो मिलाप होया जी। साढ़े जिहड़े ब्रिटिश सिख कौंसल दे प्रधान सरदार कुलवंत सिंह ढेसी जी उन्हां नूं सब तो पहला इस बारे पता लग्या जी। उन्होंने कई आर्टिकल पढ़े ये बारे भी 2 करोड़ गिनती है जी सिख लीगर ते बनजारे सिखा दी गरीब सिखा दी जी। उस तो बाद वो आए मैनू नाल लेके उधर सर्वे करिया असी देखिया फिर बाकी ही उन्हां दी गिनती बहुत है असी जाके देखिया भी किस तरह इन्हां नूं असी वो कर सकते हैं। सब तो पहला असी उन्हां दा धार्मिक जिहड़ा है वो सांभण की कोशिश करी जी भी इन्हां नूं जिहड़ी उन्हां दी डिमांड भी सी। सब तो पहला असी जिहड़े सब तो वध प्रभावित होए उन्हां दोनां उन्हां दा एक छोटे बच्चे तो लैके भी 100 साल के बजुर्ग तक किसी ने केसां दी बेअदबी नहीं करदी जी। जिहड़ा अज असी कहने आ भी वह सिखी तो बिछड़ चुके ना सिखी तो बिछड़े नहीं अज भी उन्होंने सिखी संभाली हुई है सिखी तो असी विछड़ चुके जिहड़ा पंजाब च अज पत पतने की लहर है वह रोमां की बिल्कुल बेअबदी नहीं करदी जी। उस तो बाद जाके असी उत्थे सर्वे वगैरह करिया जिथे फिर उन्हां दी बस्तियां हुंदियां सी उत्थे सब तो पहला जमीन जे तो सानू मिल जानी बिना उस तो नहीं असी खरीदनी जी खरीद के उत्थे गुरद्वारा साहब बनाउणा जिस तरह 9 गुरुद्वारे असी महाराष्ट्र च 2 मध्य प्रदेश च वो तैयार हो चुके हैं। उत्थे फिर गुरुद्वारा साहब बनन तो बाद असी उत्थे एक चंगा ग्रंथी रखना जिसने उन्हां दे बच्चियां नूं सब तो पहला पंजाबी दी जी जिस तरह हुण जदों भी असी जाना हज़ार हज़ार 2-2 कापी ऊड़ा आड़ा जिन्हों आप कैदा कहने हैं जी जी उत्थे असी सारी जगह दे के आना उन्हां दे बच्चियां नूं पंजाबी पढ़ाउणी तां कि वह अपने गुरमत नाल जुड़ सक गुरबाणी पढ़न सकन। उस तो बाद फिर असी जे जिन्हां जिहड़ी उन्हां दी आर्थिक लोड़ां जी जिस तरह हुण खाण वास्ते भी जरूरी चाहीदा पीण वास्ते पानी चाहीदा पानी दी उधर बड़ी प्रॉब्लम है जी असी उस बस्ती च ट्यूबवैल वगैरह लाउणा टैंकियां बनाउणियां वो पानी दा उन्हां नूं प्रबंध करना जी। हुण ज्यों ज्यों सानू संगतां दा सहयोग मिल रहा मैं तां इह कहना चाहांगा बई इह इन्नी दूर तो बाहर इंग्लैंड तो इत्थे इन्हां ने उन्हां अपनी रझेवियां भरी जिंदगी जी 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 18-18 घंटे इन्हां ने जॉबां करनियां उधर मैं देखिया आप जाके पर फिर भी इन्हां दे मन च दर्द है कोई सिक्खी प्रति प्यार है जी जी। हुण इधर आ के 24-24 घंटे भी कई बार दिन रात सानू चलना पैंदा उत्थे उन्हां दे बच्चियां वास्ते पढ़ाई दा प्रबंध करना जी। हुण उन्हां नूं स्कूलां च असी पढ़ा रहे हां उन्हां दी फीसां वगैरह ट्रांसपोर्ट दा प्रबंध करना आउण जाण दा। दूजा बीबियां वास्ते जी असीं हुण सिलाई सेंटर खोल रहे हां हर एक जिथे भी गुरद्वारा साहब है उत्थे एक सिलाई सेंटर खोलना जी मैडम रख के उन्हां नूं सिखाउण वास्ते सिलाई दी जानकारी देण वास्ते उन्हूं असीं तनखाह ब्रिटिश सिख कौंसल पे कर दी। उस तो बाद उन्हां दे बच्चियां नूं गुरबाणी सिखाउणी कीर्तन सिखाउणा जी जी पर देखदे हां असीं 2002 तो बाद उन्हां दे जीवन च 50% तब्दीली आ गई। हाँ जी बाकी असी जाने हैं जदों उन्हां दी बेचारियां दी कोई डिमांडा हुंदियां जी 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 साडे मन नूं इन्ना ओह हुंदा वी जिस तरह गुरु साहब दा सिधांत है 68 तीर्थ सगल पुन जी दया प्रमाण जी। देखो असल सेवा वो है असी तां अज देखदे हां वी इत्थे साडे पंजाब च हर एक तरह दे सुख आराम है होर है सहूलतां पर ओह इन्हां सारियां सहूलतां तों वांझे है जी। तरसेम सिंह जी एक वारी फिर तुहाडे वल आवांगा तुसीं विदेश तों आ के अपनी संस्था के जरिए इन्ना वड्डा शलाघा योग है जिहड़ा कदम है यह चुक्या होया है यह बीड़ा तुसीं अपने सिर ते लैके चल रहे हो
सो इस रुझेव्या भरी जिंदगी दे विच किस मकसद नूं लैके तुसीं चल रहे हो और इस टाइम नूं मैनेज किदां कर रहे हो? अच्छा, पहली गल इस तरह भी मन में एक चा हुंदा सी भगवान दा जी, वो मन में चा है भी इन्हां दी सेवा कीती जावे। वैसे स्टार्टिंग तो असीं इन्हां नूं एक गरीबी हालात विच देख के ही सेवा करनी शुरू कीती सी, क्योंकि साडी जिंदगी बेशक असीं कम करना पैंदा। मैं भी उत्थे एक ट्रक ड्राइवर दी जॉब करदा मैं, ते असीं फिर भी साडे बच्चे असीं आप बड़ी सुखनां दी जिंदगी बतीत करदे हां। जदों इहदा जीवन देखदे हां उदों कुदरती मन विच तरस आउंदा भी क्यों ना असीं कुछ ना कुछ इन बारे करिए। दूसरी गल जो ना विचरदे विचरदे रहे, सानूं यह समझ लगी कि एक पंथ का अनिखड़वां अंग आ, क्यों ना इन पंथ नाल जुड़े जाए। दूसरी बाहरले सिख इत्थे भी सिख, मैं कोई यह नहीं कहिंदा इत्थे सिख सेवा नहीं करदे, बड़े लंगर चलदे चार पासे, हुण कश्मीर विच बड़ी बड़ी सेवावां चलियां। सो बाहरले सिखां दे कुछ मन विच इह पंजाब प्रति हिंदुस्तान दे विच सिख जिथे सिख बैठा जां बेशक जिदा कश्मीर में हड़ आया उत्थे कोई सिख नहीं दिखी गया, हरेक पक्षों हरेक मदद की गई जी। पर सिख का ध्यान हमेशा हिंदुस्तान वल हुंदा भी उत्थे की हो रहा, कि उत्थे किसे नूं कोई प्रॉब्लम आ रही आ, जां सुनामी लहरां सी जां गुजरात च भचाल सी किते भी सी, सिख मोहरे हो के सिख ने सेवा की आ। सो इस करके जो भी साडा सिस्टम है धार्मिक सिस्टम अकालता साहब आ, उहनां नूं इस गलबात ध्यान देना चाहीदा। मैं एक होर मैं रिक्वेस्ट करदा भी पिछले समय अकाल तख्त जथेदार सिंह साहब गुरबचन सिंह ने एक संदेश दिता सी कि सानू होर गुरद्वारों की लोड़ नहीं, पर मैं बड़ा हैरान सी कि साडा तां सिख इन्ना बैठा जिथे गुरद्वारा साहब है भी नहीं। जॉर्जिया विच बड़ा सिख बैठा उत्थे गुरद्वारा साहब है नहीं, कि साडे जथेदार सिंह साहिबां नूं अपने सिख लोकां दे नाल ਜਾਂ ਉਹਦਾ ਸੰਪਰਕ ਨਹੀਂ ਹੈਗਾ ਵੀ ਜਿੱਥੇ ਸਿੱਖ ਬੈਠਾ ਜਿੱਥੇ ਗੁਰਦੁਆਰਾ ਸਾਹਿਬ ਹੈ ਨਹੀਂ ਉੱਥੇ ਗੁਰਦੁਆਰੇ ਦੀ ਬਹੁਤ ਵੱਡੀ ਲੋੜ ਆ ਜੀ। ਬਿਲਕੁਲ, ਅਤੇ ਸਾਨੂੰ ਸੇਵਾਵਾਂ ਕਰਦਿਆਂ ਨੂੰ ਦਿੱਕਤਾਂ ਬਹੁਤ ਆਉਂਦੀਆਂ, ਬਾਕੀ ਇੱਥੋਂ ਦੀ ਜੋ ਸਰਕਾਰ ਆ ਜੋ ਚੈਰਿਟੀ ਦਾ ਕੰਮ ਕਰਦੇ ਆ ਉਹਨਾਂ ਨੂੰ ਪਹਿਲ ਕੀ ਦੇਣੀ ਚਾਹੀਦੀ ਆ। ਜਿਸ ਤਰ੍ਹਾਂ ਇੱਥੇ ਇੱਕ ਸਿਸਟਮ ਬਣਿਆ ਹੈ ਕੁੱਲੀ ਗੁੱਲੀ ਦੀ ਜੁੱਲੀ, ਇੱਥੇ ਸਰਕਾਰਾਂ ਪ੍ਰੋਵਾਈਡ ਕਰਦੀਆਂ, ਅਸੀਂ ਜੇ ਬਾਹਰੋਂ ਆ ਕੇ ਇਹ ਪ੍ਰੋਵਾਈਡ ਇਹਨਾਂ ਲੋਕਾਂ ਨੂੰ ਕਰਦੇ ਹਾਂ। ਕੱਪੜੇ ਲਿਆਉਣੇ ਸੀ, ਇਹ ਕੰਟੇਨਰ ਭਰ ਕੇ ਕੱਪੜੇ ਇਹਨਾਂ ਵਾਸਤੇ ਲਿਆਉਂਦੇ ਹਾਂ, ਦੋ ਦੋ ਮਹੀਨੇ ਸਾਡੇ ਕੱਪੜੇ ਇੱਥੋਂ ਦੀਆਂ ਜੋ ਏਜੰਸੀਆਂ ਉਹ ਛੱਡਦੀਆਂ ਨਹੀਂ, ਭਾਵੇਂ ਉਹ ਸਾਡੇ ਉੱਪਰ ਕਾਫੀ ਬੰਦਿਸ਼ਾਂ ਲਾਉਂਦੀਆਂ। ਸੋ ਇਸ ਕਰਕੇ ਇੱਥੋਂ ਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਅਸੀਂ ਇੱਥੋਂ ਦੀ ਲੋਕਾਂ ਦੀ ਹੈਲਪ ਕਰਦੇ ਹਾਂ, ਸਰਕਾਰ ਦੀ ਹੈਲਪ ਕਰਦੇ ਹਾਂ। ਇਸ ਕਰਕੇ ਇਹ ਦਿੱਕਤਾਂ ਤੋਂ ਸਾਨੂੰ ਜੋ ਪਰੇਸ਼ਾਨੀਆਂ ਆ ਰਹੀ ਆ ਉਹ ਤੋਂ ਸਾਨੂੰ ਬੰਦਖਲਾਸੀ ਹੋਣੀ ਚਾਹੀਦੀ ਆ। ਜਾਂਦੇ ਜਾਂਦੇ ਅਸੀਂ ਸਰਦਾਰ ਹਰਪਾਲ ਸਿੰਘ ਹੋਰਾਂ ਤੋਂ ਇਹ ਜਾਣਨਾ ਚਾਹਾਂਗੇ ਕਿ ਇਸ ਸੰਸਥਾ ਦੀ ਇਸ ਵਡਮੁੱਲੀ ਕੋਸ਼ਿਸ਼ ਬਾਰੇ ਤੁਸੀਂ ਕੀ ਕਹੋਗੇ ਔਰ ਸਾਡੀਆਂ ਸਮੇਂ ਦੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ ਨੇ ਖਾਸ ਕਰਕੇ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਦੇਖੋ, ਅਸੀਂ ਸਾਰੇ ਸਿੱਖਾਂ ਨੂੰ ਢੇਸੀ ਸਾਹਿਬ ਵੀ ਪਹਿਲਾਂ ਜਿਹੜੇ ਇਹਨਾਂ ਦੇ ਪ੍ਰਧਾਨ ਨੇ ਉਹ ਕਰਕੇ ਗਏ ਨੇ, ਦਿਓਲ ਸਾਹਿਬ ਨੇ ਵੀ ਕੀਤੀ ਹੈ, ਗੁਰਚੰਦ ਸਿੰਘ ਉਹਨਾਂ ਨੇ ਵੀ ਕੀਤੀ ਹੈ। ਅਸੀਂ ਸਾਰੇ ਦੇਸ਼ਾਂ ਵਿਦੇਸ਼ਾਂ ਜੇ ਪੰਜਾਬ ਦੇ ਵਿੱਚ ਰਹਿਣ ਵਾਲੇ ਸਿੱਖ ਹੈ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਜੇ ਅਮਲੀ ਤੌਰ 'ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆਵਾਂ ਨੂੰ ਆਪਣੇ ਮਨ ਦੇ ਵਿੱਚ ਵਸਾਉਂਦੇ ਹੋ ਔਰ ਅਮਲੀ ਇਹਨੂੰ ਜਾਮਾ ਪਹਿਨਾਉਂਦੇ ਹੋ, ਤਾਂ ਤੁਹਾਡਾ ਇਹ ਫਰਜ਼ ਬਣਦਾ ਕਿ ਤੁਸੀਂ ਆਪਣੀਆਂ ਜਿਹੜੀਆਂ ਕਿਰਤ ਕਰਵਾਈਆਂ ਨੇ ਉਹ ਆਪਣੇ ਉਹਨਾਂ ਵੀਰਾਂ ਦੇ ਲਈ ਲਾਓ ਜਿਹੜੇ ਵੀਰ ਕਮਜ਼ੋਰ ਨੇ। ਕਹਿੰਦੇ ਗੁਰੂ ਦੀ ਗੋਲਕ ਹੈ ਜਿਹੜੀ ਉਹ ਗਰੀਬ ਦਾ ਮੂੰਹ ਹੈ, ਔਰ ਸਾਨੂੰ ਉਹਨਾਂ ਸਾਡੀ ਆਉਣ ਵਾਲੀ ਜਿਹੜੀ ਪਨੀਰੀ ਹੈ ਉਹਨਾਂ ਨੂੰ ਗਿਆਨ ਦੀ ਭੰਡਾਰ ਬਖਸ਼ਣੇ ਚਾਹੀਦੇ ਆ, ਵਧੀਆ ਸਕੂਲਾਂ 'ਚ ਉਹਨੂੰ ਪੜ੍ਹਾਉਣਾ ਚਾਹੀਦਾ, ਟੈਕਨੋਲੋਜੀ ਦਾ ਯੁੱਗ ਹੈ। ਔਰ ਇਸ ਤਰੀਕੇ ਦੇ ਨਾਲ ਸਾਨੂੰ ਸਾਰਿਆਂ ਨੂੰ ਬਾਹਰ ਵਿਦੇਸ਼ ਆਪਣੇ ਤੌਰ 'ਤੇ ਵੀ ਇਹਨਾਂ ਨੇ ਕਹਿ ਦਿੱਤਾ, ਅਗਰ ਕੋਈ ਬੰਦਾ ਆਪਣੇ ਤੌਰ 'ਤੇ ਨਹੀਂ ਕਰ ਸਕਦਾ ਤਾਂ ਇਹਨਾਂ ਨੂੰ ਬ੍ਰਿਟਿਸ਼ ਸਿੱਖ ਕੌਂਸਲ ਹੋਰ ਜਿਹੜੀਆਂ ਵੀ ਅਦਾਰੇ ਨੇ ਜਿਹੜੇ ਇਸ ਸੇਵਾ ਕਰਦੇ ਨੇ ਉਹਨਾਂ ਦੇ ਰਾਹੀਂ ਆ ਜਿਹੜਾ ਕਰਨਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਮੁੜ ਬੇਨਤੀ ਹੈ ਵੀ ਉਹ ਆਪਣਾ ਫਰਜ਼ ਪਛਾਣਨ ਔਰ ਜਿਨ੍ਹਾਂ ਸੰਸਥਾਵਾਂ ਦੇ ਉੱਤੇ ਉਹ ਜ਼ਿੰਮੇਵਾਰੀ ਦੇ ਨਾਲ ਬੈਠੇ ਆ ਉਹਨਾਂ ਸੰਸਥਾਵਾਂ ਨੂੰ ਉਹ ਭੁੱਲ ਚੁੱਕੇ ਆ ਔਰ ਉਹਨਾਂ ਨੇ ਆਪਣੇ ਫਰਜ਼ ਭੁੱਲੇ ਆ। ਆਪਣੇ ਫਰਜ਼ਾਂ ਨੂੰ ਪਛਾਣ ਕੇ ਉਹ ਜਿਹੜਾ ਗੁਰੂ ਦਾ ਇਹ ਗੋਲਕ ਹੈ, ਦਾਨ ਹੈ, ਜਿਹੜਾ ਦਿੱਤੇ ਪੈਸੇ ਹੈ ਉਹਨੂੰ ਸਹੀ ਢੰਗ ਦੇ ਨਾਲ ਉਹਦੀ ਕਰਕੇ ਸਿੱਖ ਕੌਮ ਨੂੰ ਵਧਣ ਫੁੱਲਣ ਦੇ ਵਿੱਚ ਉਹਨਾਂ ਨੂੰ ਪੂਰਾ ਯੋਗਦਾਨ। ਜੀ ਹਾਂ ਬਿਲਕੁਲ, ਸਿੱਖ ਕੌਮ ਦੇ ਪ੍ਰਚਾਰ ਪ੍ਰਸਾਰ ਦੇ ਵਾਸਤੇ ਜਿਹੜਾ ਇਹ ਬਹੁਤ ਜ਼ਰੂਰੀ ਹੈ ਕਿ ਸਾਡੀਆਂ ਸਿੱਖ ਸੰਸਥਾਵਾਂ ਜਿਹੜੀਆਂ ਹੈਗੀਆਂ ਨੇ ਉਹ ਸਿਰਫ ਅਤੇ ਸਿਰਫ ਅਖਬਾਰਾਂ ਜਾਂ ਫਿਰ ਮੀਡੀਆ ਦੇ ਸਾਹਮਣੇ ਹੀ ਗੱਲਬਾਤ ਕਰਕੇ ਸਭ ਕੁਛ ਜਿਹੜਾ ਹੈ ਇਹ ਕਾਫੀ ਨਹੀਂ ਹੈ ਔਰ ਕੋਸ਼ਿਸ਼ ਤਾਂ ਹੀ ਉਸ ਨੂੰ ਬੋਰ ਲੱਗਦਾ ਹੈ ਜੇਕਰ ਉਹਨਾਂ ਕੋਸ਼ਿਸ਼ਾਂ ਨੂੰ ਅਮਲੀ ਰੂਪ ਦੇ ਵਿੱਚ ਵੀ ਬਦਲਿਆ ਜਾ ਸਕੇ।
सो दर्शको साडे अज दे इस खास मुलाकात प्रोग्राम दे विच असी मुलाकात कीती है ब्रिटिश सिख कौंसल दे आगुआं दे नाल और अगली बार असी इस प्रोग्राम दे विच किसी होर खास शख्सियत दे नाल फिर तो तुहाडे रूबरू होवांगे। तद तक लई सत श्री अकाल।